ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਦੇ ਸਬੰਧ 'ਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਨਗਰ ਕੀਰਤਨ ਕੱਢਿਆ ਗਿਆ ਜਿਸ 'ਚ ਘੋੜਸਵਾਰ ਨਿਹੰਗਾਂ ਨੇ ਆਪਣਾ ਜ਼ੋਹਰ ਦਿਖਾਇਆ। ਇਸ ਤੋਂ ਬਿਨਾਂ ਉਹਨਾਂ ਨੇ ਗੱਤਕਾ ਖੇਡਿਆ ਅਤੇ ਤਲਵਾਰਬਾਜ਼ੀ ਵੀ ਕੀਤੀ। ਇਹ ਘੋੜਸਵਾਰੀ ਤਲਵਾਰਬਾਜ਼ੀ ਇਹ ਉਹ ਖਾਲਸਾਈ ਮਾਰਸ਼ਲ ਆਰਟਸ ਨੇ ਜੋ ਦਸਮ ਪਿਤਾ ਦੀ ਆਪਣੇ ਸਿੰਘਾਂ ਨੂੰ ਦੇਣ ਹੈ। ਇਹ ਗੁਰੂ ਕੀ ਲਾਡਲੀ ਫੌਜ ਹੈ। ਆਪਣੇ ਗੁਰੂਆਂ ਦੇ ਗੁਰਪੁਰਬ ਦੇ ਸੰਬੰਧ ਵਿੱਚ ਨਿਹੰਗ ਜਥੇਬੰਦੀਆਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਖਾਏ ਗਏ ਤਲਵਾਰਬਾਜ਼ੀ ਅਤੇ ਘੁੜਸਵਾਰੀ ਦੇ ਹੁਨਰ ਦਿਖਾ ਕੇ ਇਸ ਰਵਾਇਤੀ ਸਿੱਖ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕਰਦੀਆਂ ਨੇ ਅਤੇ ਇਸ ਨੂੰ ਅੱਜ ਤੱਕ ਜਿਉਂਦਿਆਂ ਰੱਖਿਆ ਹੋਇਆ। ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਛੁਡਾ ਕੇ ਅੰਮ੍ਰਿਤਸਰ ਲੈ ਕੇ ਆਏ ਸਨ। ਇਸ ਖੁਸ਼ੀ ਵਿੱਚ ਸਿੱਖ ਸੰਗਤਾਂ ਨੇ ਆਪਣੇ ਆਪਣੇ ਘਰਾਂ ਵਿੱਚ ਦੇਸੀ ਘਿਓ ਦੇ ਦੀਵੇ ਬਾਲੇ ਸਨ ਅਤੇ ਉਸ ਦੇ ਬਾਅਦ ਅਗਲੇ ਦਿਨ ਆਪਣੀ ਬਹਾਦਰੀ ਦੇ ਜੌਹਰ ਵਿਖਾਉਣ ਦੇ ਲਈ ਇਹ ਪ੍ਰਬੰਧ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਦੀਵਾਲੀ ਦੇ ਅਗਲੇ ਦਿਨ ਇੱਥੇ ਮੁਹੱਲਾ ਨਿਕਲਦਾ ਹੈ ਅਤੇ ਇਸ ਮੇਲੇ ਵਿੱਚ ਘੁੜਸਵਾਰ ਨੇਜ਼ੇਬਾਜ਼ੀ ਕਰਦੇ ਨੇ। 2-3 ਅਤੇ 4 ਘੋੜਿਆਂ 'ਤੇ ਇੱਕ ਘੁੜਸਵਾਰ ਆਪਣੇ ਕਰਤੱਵ ਦਿਖਾਉਂਦਾ ਹੈ ਅਤੇ ਗੱਤਕਾ ਪਾਰਟੀ ਆਪਣੇ ਤਲਵਾਰਬਾਜ਼ੀ ਦੇ ਹੁਨਰ ਦਿਖਾ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਦੀ ਹੈ। ਜਥੇਬੰਦੀਆਂ ਦੇ ਨਿਹੰਗ ਸਿੰਘ ਸਿਰਫ ਆਪਣੀ ਕਲਾ ਦੇ ਜੌਹਰ ਹੀ ਨਹੀਂ ਵਿਖਾਉਂਦੇ ਬਲਕਿ ਪਿੰਡ ਪਿੰਡ ਘੁੰਮ ਕੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲੱਤ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਸਿੱਖ ਮਾਰਸ਼ਲ ਆਰਟ ਦੀ ਟ੍ਰੇਨਿੰਗ ਵੀ ਦਿੰਦੇ ਨੇ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੀਰੀ ਪੀਰੀ ਦੇ ਮਰ ਛੇਵੇਂ ਪਾਤਸ਼ਾਹ ਬੰਦੀ ਛੋੜ ਕੱਲ੍ਹ ਸਤਿਗੁਰੂ ਮਹਾਰਾਜ ਦਾ ਪਾਵਨ ਦਿਹਾੜਾ ਸੀ ਉਸ ਨੂੰ ਸਮਰਪਿਤ ਕਰਦੇ ਹੋਏ ਇਹ ਫਿਰ ਹੋਲਾ ਮਹੱਲਾ ਘੋੜ ਦੌੜ ਨੇਜਾਬਾਜ਼ੀ ਇਹ ਅਭਿਆਸ ਜਿਹੜੇ ਪੁਰਾਣੇ ਸਮੇਂ ਤੋਂ ਚੱਲ ਰਿਹਾ ਦਿਖਾ ਰਹੇ ਨੇ ਬੜਾ ਦਿਲਚਸਪ ਹੁੰਦਾ ਵਾ ਅਤੇ ਸਿੱਖ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਇਹ ਸੰਭਾਲ ਕੇ ਇਹਨਾਂ ਨੇ ਬਾਣਾ ਪਾਣੀ ਸ਼ਸਤਰ ਵਿੱਦਿਆ ਘੋੜ ਸਵਾਰ ਇਹ ਸੰਭਾਲ ਕੇ ਰੱਖਿਆ ਪੁਰਾਤਨ ਜੀ ਜਿਹੜੀ ਮਰਯਾਦਾ ਸੀ ਉਸ ਨੂੰ ਇਹ ਨਿਹੰਗਾਂ ਸਿੰਘਾਂ ਨੇ ਇਹ ਵਧਾਈ ਦੇ ਪਾਤਰ ਨੇ ਅਤੇ ਮੀਰੀ ਪੀੜੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਦਾ ਬੰਦੀ ਛੋੜ ਪਾਵਨ ਦਿਹਾੜਾ ਮੈਂ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਸਤਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਤੁਹਾਨੂੰ ਵੀ ਸਤਿਗੁਰੂ ਖੁਸ਼ੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਸ ਤਰ੍ਹਾਂ ਅੱਜ ਕੱਲ੍ਹ ਦੀ ਪੀੜੀ ਨੂੰ ਕੀ ਮੈਸੇਜ ਦੇਣਾ ਪੁਰਾਤਨ ਆਪਣਾ ਛੱਡੀ ਜਾਂਦੀ ਪਈ ਕੱਲ੍ਹ ਵੀ ਮਹਾਰਾਜ ਨੇ ਗੁਰੂ ਜਗਤ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲ ਆ ਰਿਹਾ ਉਹਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚੀ ਕੌਮ ਅਤੇ ਹੋਰ ਵੀ ਜਿਤਨੇ ਵੱਖ ਵੱਖ ਧਰਮਾਂ ਦੇ ਲੋਕ ਨੇ ਮਨਾ ਰਹੇ ਨੇ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਸੁੱਚੀ ਧਰਮ ਦੀ ਕਿਰਤ ਕਰੋ ਵੰਡ ਕੇ ਛਕੋ ਔਰ ਪ੍ਰਭੂ ਦਾ ਚਿੰਤਨ ਕਰੋ ਜਿਸ ਪ੍ਰਭੂ ਨੇ ਸਾਨੂੰ ਸਾਰੀਆਂ ਦਾਤਾਂ ਦਿੱਤੀਆਂ। ਅੱਜ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੰਦੀ ਛੋੜ ਦੇ ਉਸ ਦੀਵਾਲੀ ਨੂੰ ਸਮਰਪਿਤ ਜਿਹੜਾ ਮਹਾਨ ਮਹੱਲਾ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਤੋਂ ਆਰੰਭ ਹੋਇਆ ਸੀ ਅਤੇ ਇਹ ਮਹਾਨ ਜਿਹੜਾ ਮਹੱਲਾ ਹੈ ਸਮੁੱਚੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਆਰੰਭ ਹੋਇਆ ਸੀ ਅਤੇ ਹੁਣ ਚਰਨ ਗੰਗਾ ਜਿਹੜਾ ਸਟੇਡੀਅਮ ਹੈ ਇੱਥੇ ਆ ਕੇ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਜੰਗਜੂ ਕਰਤੱਵ ਦਿਖਾਉਣੇ ਨੇ ਜਿਹਦੇ ਵਿੱਚ ਘੋੜ ਸਵਾਰੀ 2 ਘੋੜਿਆਂ ਦੀ ਸਵਾਰੀ 3 ਘੋੜਿਆਂ ਦੀ 4-4 ਘੋੜਿਆਂ ਦੇ ਸਿੰਘਾਂ ਨੇ ਖੜ੍ਹੇ ਹੋ ਕੇ ਅਤੇ ਲੰਮੇ ਪੈ ਕੇ ਜੰਗਜੂ ਕਰਤੱਵ ਦਿਖਾਉਣੇ ਨੇ ਗੱਤਕੇ ਦੇ ਵੀ ਜ਼ੋਰ ਦਿਖਾਉਣੇ ਨੇ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਦੇਖ ਤੇਗ ਦੇ ਧਨੀ ਜਦੋਂ ਕੱਲ੍ਹ ਦਵਾ ਬੰਦੀ ਛੋੜ ਦੇ ਉਸ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅਤੇ ਜਿਹੜੇ ਅੰਮ੍ਰਿਤਸਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਸੀ ਉਹਦੀਆਂ ਖੁਸ਼ੀਆਂ ਦੇ ਵਿੱਚ ਬੰਦੀ ਛੋੜ ਦੇ ਉਸ ਦੀਵਾਲੀ ਮਨਾ ਜਿਹੜੀ ਹੈ ਹਰ ਸਾਲ ਖਾਲਸਾ ਪੰਥ ਵੱਲੋਂ ਮਨਾਈ ਜਾਂਦੀ ਹੈ ਅਤੇ ਉਹਨੂੰ ਸਮਰਪਿਤ ਜਿਹੜਾ ਖਾਲਸਾਈ ਮਹੱਲਾ ਇਹ ਖਾਲਸੇ ਦੀ ਪੁਰਾਤਨ ਰਵਾਇਤ ਹੈ ਰਵਾਇਤ ਦੇ ਮੁਤਾਬਕ ਜਿਹੜਾ ਨਿਹੰਗ ਸਿੰਘ ਫੌਜਾਂ ਵੱਲੋਂ ਜਗਜੂ ਕਰਤੱਵ ਦਿਖਾਏ ਜਾਂਦੇ ਨੇ ਮਹੱਲੇ ਖੇਡੇ ਜਾਂਦੇ ਨੇ ਮੈਂ ਸਮੁੱਚੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੰਦੀ ਛੋੜ ਦਿਵਸ ਦੀਵਾਲੀ ਦੀਆਂ ਅਤੇ ਜਿਹੜਾ ਖਾਲਸਾਈ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਬਹੁਤ ਬਹੁਤ ਵਧਾਈਆਂ।
इस इतिहासिक प्रबंध विच दूर दूर तो आए गतका कलाकारा ने इस विच हिस्सा लिया अते अपनी कला दा एक अनोखा कारनामा पेश कीता। नाल ही गुरु साहब दे इतिहास नू याद कीता गया अते अपने करतबा नाल सब दा मन मोह लिया। अमृतसर तो ललित शर्मा दे नाल ब्यूरो रिपोर्ट न्यूज़ ओनली।